எனக்கு பதிகட்டையா மிட்டி தொந்து ஜகுச்சானனு ஹோவா சத்குரு நானக்கு பதிகட்டையா மிட்டி தொந்து ஜகுச்சானனு ஹோவா ਮੈਂ ਵਕਤ ਹਾਂ ਇਸ ਧਰਤੀ ਤੇ ਹੋਣ ਵਾਲੇ ਪੁੰਨ ਪਾਪ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਆ ਰਿਹਾ ਹਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਭਾਰਤੀ ਸਮਾਜ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਜਾਲ ਵਿੱਚ ਫਸਿਆ ਹੋਇਆ ਸੀ ਮਨੁੱਖ ਜਾਤੀ ਨੂੰ ਚਾਰ ਵਰਨਾ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਵਿੱਚ ਵੰਡ ਦਿੱਤਾ ਗਿਆ ਸੀ ਜਿਸ ਰਸਤੇ ਤੋਂ ਸ਼ੂਦਰ ਲੰਘਦਾ ਆਪਣੇ ਆਪ ਨੂੰ ਉੱਚੀਆਂ ਕੁਲਾਂ 'ਚ ਸਮਝਣ ਵਾਲੇ ਲੋਕ ਉਸ ਰਾਹ ਤੋਂ ਵੀ ਨਹੀਂ ਸਨ ਲੰਘਦੇ ਮਨੁੱਖ ਨੇ ਆਪਣੇ ਹੀ ਸਮਾਜ ਦੇ ਇੱਕ ਹਿੱਸੇ ਨੂੰ ਅਛੂਤ ਬਣਾ ਦਿੱਤਾ ਸੀ ਅਸਲੀ ਧਰਮ ਦੀ ਥਾਂ ਕਰਮ ਕਾਂਡ ਅਤੇ ਪਖੰਡ ਵਾਲੇ ਧਰਮ ਨੇ ਲੈ ਲਈ ਸੀ ਜਾਤਾਂ ਦੀ ਹਉਮੈ ਦੇ ਨਾਲ ਨਾਲ ਰਿਆਸਤਾਂ ਦੇ ਰਾਜਿਆਂ ਦਾ ਹੰਕਾਰ ਵੀ ਲੜਾਈਆਂ ਦਾ ਕਾਰਨ ਬਣ ਰਿਹਾ ਸੀ ਕਤਲੋ ਗਾਰਤ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਸੀ ਲਾਲਚ ਕੁਕਰਮ ਤੇ ਜ਼ੁਲਮ ਦੀ ਹਨੇਰੀ ਨਾਲ ਸੱਚ ਧਰਮ ਕਿਧਰੇ ਦੂਰ ਉੱਡ ਗਏ ਸਨ ਜਦੋਂ ਧਰਤੀ ਤੇ ਜ਼ੁਲਮ ਹੱਦ ਤੋਂ ਵੱਧ ਜਾਂਦਾ ਹੈ ਤਾਂ ਪਰਮਾਤਮਾ ਕਿਸੇ ਐਸੇ ਮਹਾਂਪੁਰਸ਼ ਨੂੰ ਸੰਸਾਰ ਉੱਪਰ ਭੇਜਦਾ ਹੈ ਜੋ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਂਦਾ ਹੈ ਜ਼ਾਲਮਾਂ ਦੇ ਦਿਲਾਂ ਨੂੰ ਮੋਮ ਕਰਦਾ ਹੈ ਹਿੰਦੁਸਤਾਨ ਅੰਦਰ ਪਾਪ ਤੇ ਜ਼ੁਲਮ ਦੇ ਬਲ ਦੇ ਭਾਂਬੜ ਨੂੰ ਬਜਾਉਣ ਲਈ ਰਾਵੀ ਦਰਿਆ ਤੋਂ ਪਾਰ ਰਾਏ ਪੋਏ ਦੀ ਤਲਵੰਡੀ ਵਿੱਚ 1469 ਈਸਵੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਤੇ ਚਾਰ ਚੁਫੇਰੇ ਚਾਨਣ ਹੀ ਚਾਨਣ ਹੋ ਗਿਆ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗ ਗਿਆ ਖੁਸ਼ੀਆਂ ਮਨਾਈਆਂ ਗਈਆਂ ਮਿੱਟੀ ਧੁੰਦ ਜਗ ਚਾਨਣ ਹੋਆ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਵਧਾਈਆਂ ਹੋਣ ਦੌਲਤ ਬੀਬੀ ਵਧਾਈਆਂ ਹੋਣ ਤੁਹਾਨੂੰ ਵੀ ਵਧਾਈਆਂ ਜੀ ਆ ਲਓ ਮੂੰਹ ਮਿੱਠਾ ਕਰੋ ਮਹਿਤਾ ਜੀ ਕਿੱਥੇ ਨੇ ਨਜ਼ਰ ਨਹੀਂ ਆਉਂਦੇ ਉਹ ਪੰਡਿਤ ਜੀ ਨੂੰ ਲੈਣ ਗਏ ਨੇ ਦੌਲਤਾ ਬੀਬੀ ਵਧਾਈਆਂ ਹੋਣ ਮੁਨਸ਼ੀ ਜੀ ਨਜ਼ਰ ਨਹੀਂ ਆਉਂਦੇ ਕਿੱਥੇ ਗਏ ਨੇ ਤੁਸੀਂ ਮੂੰਹ ਮਿੱਠਾ ਕਰੋ ਮੁਨਸ਼ੀ ਜੀ ਵੀ ਆਉਂਦੇ ਨੇ ਤਾਈ ਵਧਾਈ ਹੋਵੇ ਤੈਨੂੰ ਤਾਈ ਮੁੰਡਾ ਕਿੱਥੇ ਹੈ ਅੰਦਰ ਮਾਂ ਕੋਲ ਹੈ ਚੰਗਾ ਮੈਂ ਮੁੰਡਾ ਵੇਖ ਕੇ ਆਉਂਦੀ ਹਾਂ ਮਹਿਤਾ ਜੀ ਆ ਜਾਣ ਤੇ ਮੈਂ ਵੀ ਆਪਣੇ ਘਰ ਜਾਵਾਂ ਮੇਰਾ ਮਰਾਸੀ ਉਡੀਕਦਾ ਹੋਣਾ ਐਵੇਂ ਕਿਵੇਂ ਜਾਣ ਦੇਣਗੇ ਤੈਨੂੰ ਮਹਿਤਾ ਜੀ ਮੁਨਸ਼ੀ ਜੀ ਪੰਡਿਤ ਜੀ ਨੂੰ ਲੈ ਕੇ ਜਾਂਦੇ ਹੋਣੇ ਆ
ਬੱਚੇ ਦੇ ਨਾਂ ਤੇ ਕੁੰਡਲੀ ਬਣਵਾ ਕੇ ਹੀ ਭੇਜਾਂਗੇ ਤੈਨੂੰ। ਭਾਈ ਮੁੰਡਾ ਤੇ ਨਿਰਾ ਚੰਨ ਦਾ ਟੁਕੜਾ ਹੈ, ਦੇਖ ਕੇ ਭੁੱਖ ਲੈਂਦੀ ਹੈ। ਨਿਰਾ ਨਾਨਕੀ ਵਰਗਾ ਹੈ। ਨਾਨਕੀ ਦਾ ਵੀਰ ਹੈ, ਨਾਨਕੀ ਵਰਗਾ ਹੀ ਹੋਏਗਾ ਔਰ ਤੇਰੇ ਵਰਗਾ ਹੋਏਗਾ। ਓ ਲਓ ਪੰਡਿਤ ਜੀ ਵੀ ਆ ਗਏ। ਦੌਲਤਾਂ ਬੀਬੀ ਵਧਾਈ ਹੋਵੇ ਤੁਹਾਨੂੰ। ਤੁਸੀਂ ਵਧੋ ਪੰਡਿਤ ਜੀ। ਪੰਡਿਤ ਜੀ ਤੁਹਾਡੇ ਨਾਲ ਮੁਨਸ਼ੀ ਜੀ ਨਹੀਂ ਆਏ? ਉਹ ਕਹਿੰਦੇ ਤੁਸੀਂ ਚੱਲੋ, ਕੁੰਡਲੀ ਦੇਖ ਕੇ ਮੁੰਡੇ ਦਾ ਨਾਂ ਰੱਖੋ, ਮੈਂ ਜਰਾ ਹੱਟੀ ਤੋਂ ਸਮਾਨ ਲੈ ਆਵਾਂ। ਦੌਲਤਾਂ ਦਾ ਹੀ ਬਾਲਕ ਕਿੱਥੇ ਹੈ? ਕੋਠੇ ਵਿੱਚ ਹੈ, ਆਓ ਮੈਂ ਤੁਹਾਨੂੰ ਦਿਖਾਵਾਂ। ਭਾਈ ਮੁੰਡੇ ਦਾ ਮੱਥਾ ਤਾਂ ਚੰਨ ਵਾਂਗੂ ਦਗਦਾ ਹੈ, ਇੰਜ ਮਹਿਸੂਸ ਹੁੰਦਾ ਜਿਵੇਂ ਚੰਨ ਧਰਤੀ ਤੇ ਉੱਤਰ ਆਇਆ ਹੋਵੇ। ਮੇਰਾ ਤਾਂ ਜੀ ਕਰਦਾ ਬਸ ਵੇਖੀ ਜਾਵਾਂ ਵੇਖੀ ਜਾਵਾਂ। ਦੌਲਤਾਂ ਬੀਬੀ, ਮੇਰੀ ਥਿਤ ਪਤ੍ਰਿਕਾ ਤੇ ਜੋਤਿਸ਼ ਵਿਦਿਆ ਦੱਸ ਰਹੀ ਹੈ ਕਿ ਕੋਈ ਆਮ ਬਾਲਕ ਨਹੀਂ ਸਗੋਂ ਬਹੁਤ ਪ੍ਰਤਾਪੀ ਬਾਲਕ ਹੈ। ਜਦੋਂ ਬਾਲਕ ਨੇ ਜਨਮ ਲਿਆ ਤਾਂ ਤੁਸੀਂ ਕੀ ਮਹਿਸੂਸ ਕੀਤਾ? ਕੀ ਦੱਸਾਂ ਪੰਡਿਤ ਜੀ, ਬੱਚੇ ਦੇ ਜਨਮ ਲੈਣ ਵੇਲੇ ਕੋਠੇ ਦੇ ਅੰਦਰ ਚਾਨਣ ਹੀ ਚਾਨਣ ਹੋ ਗਿਆ, ਚਿੱਟਾ ਦੁੱਧ ਵਰ ਕਈ ਤਰ੍ਹਾਂ ਦੀਆਂ ਅਗੰਮੀ ਆਵਾਜ਼ਾਂ ਆਈਆਂ, ਵਧਾਈ ਹੋਵੇ ਵਧਾਈ ਹੋਵੇ, ਪਰ ਵਧਾਈ ਦੇਣ ਵਾਲਾ ਉੱਥੇ ਕੋਈ ਵੀ ਨਹੀਂ ਸੀ ਤੇ ਬੱਚਾ ਮੁਸਕਰਾ ਪਿਆ ਸਿਆਣਿਆਂ ਵਾਂਗ ਤੇ ਫਿਰ ਰੋ ਪਿਆ। ਬੱਚੇ ਦੇ ਚਿਹਰੇ ਤੇ ਸੁਨਹਿਰੀ ਝਲਕਾਂ ਦਾ ਚੱਕਰ ਸੀ। ਦੌਲਤਾਂ ਬੀਬੀ, ਇਹ ਮਨੁੱਖ ਨਹੀਂ ਕੋਈ ਅਵਤਾਰ ਹੈ, ਇਸਦਾ ਨਾਂ ਨਾਨਕ ਰੱਖਣਾ, ਮਹਿਤਾ ਜੀ ਨੂੰ ਕਹਿ ਦੇਣਾ। ਅੱਛਾ ਪੰਡਿਤ ਜੀ, ਮੈਂ ਇਸਦੀ ਜਨਮ ਕੁੰਡਲੀ ਬਣਾ ਦਿੰਦਾ, ਮਹਿਤਾ ਜੀ ਨੂੰ ਕਹਿ ਦੇਣਾ ਮੈਂ ਕੱਲ ਘਰ ਆ ਕੇ ਦੇ ਜਾਵਾਂਗਾ। ਠੀਕ ਹੈ ਪੰਡਿਤ ਜੀ, ਚਲੋ ਭਾਈ ਨੱਚੋ ਗਾਓ ਖੁਸ਼ੀ ਮਨਾਓ। ਤਾਂ ਕਾਲੂ ਜੀ ਨੇ ਦੌਲਤਾਂ ਨੂੰ ਮਿੱਠਾ ਤੇ ਕੁਝ ਹੋਰ ਸੁਗਾਤਾਂ ਦਿੰਦਿਆਂ ਆਖਿਆ, ਆ ਲੈ ਦੌਲਤਾਂ। ਤਾਂ ਦੌਲਤਾਂ ਨੇ ਆਖਿਆ, ਨਹੀਂ ਮਹਿਤਾ ਜੀ ਮੈਂ ਰੱਜੀ ਗਈ, ਅੱਜ ਤੁਹਾਡੇ ਘਰ ਇੱਕ ਅਤਿਸ਼ੇਮਾਨ ਪੁੱਤਰ ਨੇ ਜਨਮ ਲਿਆ, ਤੁਹਾਡੇ ਪੁੱਤਰ ਦੀ ਖੁਸ਼ੀ ਨੇ ਮੈਨੂੰ ਨਿਹਾਲ ਕਰ ਦਿੱਤਾ ਹੈ। ਮੇਰਾ ਨਾਂ ਦੌਲਤਾਂ ਸੀ ਪਰ ਅੱਜ ਮੈਂ ਸੱਚਮੁੱਚ ਦੌਲਤ ਵਾਲੀ ਹੋ ਗਈ ਹਾਂ। ਸਮੇਂ ਦੇ ਰਿਵਾਜ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ 5 ਸਾਲ ਦੇ ਹੋਏ ਤਾਂ ਗੁਰੂ ਜੀ ਨੂੰ ਪੜ੍ਹਨ ਵਾਸਤੇ ਪਾਂਧੇ ਕੋਲ ਭੇਜਿਆ ਗਿਆ। ਗੁਰੂ ਜੀ ਦੇਵ ਨਗਰੀ ਵਿੱਚ ਪੜ੍ਹਨ ਲੱਗੇ। ਜਿਹੜੇ ਪਾਂਧੇ ਕੋਲ ਗੁਰੂ ਜੀ ਪੜ੍ਹਦੇ ਸਨ ਉਹ ਬੜਾ ਪਰੇਸ਼ਾਨ ਸੀ। ਜਿਹੜਾ ਪਾਠ ਪੜ੍ਹਨ ਵਾਸਤੇ ਪਾਂਧਾ ਦਿੰਦਾ ਗੁਰੂ ਜੀ ਪਹਿਲਾਂ ਹੀ ਉਸਨੂੰ ਪੜ੍ਹ ਕੇ ਸੁਣਾ ਦਿੰਦੇ। ਇਹ ਗੱਲ ਪਾਂਧੇ ਨੇ ਮਹਿਤਾ ਜੀ ਨੂੰ ਦੱਸੀ। ਇਹ ਸੁਣ ਕੇ ਮਹਿਤਾ ਜੀ ਨਾਨਕ ਦੇਵ ਜੀ ਨੂੰ ਫਾਰਸੀ ਸਿੱਖਣ ਵਾਸਤੇ ਮੁੱਲਾ ਕੋਲ ਮਸੀਤੇ ਪੜ੍ਹਨ ਭੇਜਿਆ। ਗੁਰੂ ਜੀ ਨੇ ਮੁੱਲਾ ਜੀ ਨੂੰ ਅੱਖਰ ਦੇ ਮਾਇਨੇ ਦੱਸ ਕੇ ਹੈਰਾਨ ਕਰ ਦਿੱਤਾ। ਗੁਰੂ ਜੀ ਦਾ ਪ੍ਰਤਾਪ ਦੇਖ ਕੇ ਮੁੱਲਾ ਗੁਰੂ ਜੀ ਦੇ ਚਰਨੀ ਪੈ ਗਿਆ। ਗੁਰੂ ਜੀ 9 ਸਾਲ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ
ਜਨੇਊ ਦੀ ਰਸਮ ਪੂਰੀ ਕਰਨੀ ਚਾਹੀ ਤੇ ਪੰਡਿਤ ਨੂੰ ਬੁਲਾਇਆ ਗਿਆ। ਪੰਡਿਤ ਵੇਦ ਮੰਤਰ ਪੜ੍ਹ ਕੇ ਜਦੋਂ ਨਾਨਕ ਨੂੰ ਜਨੇਊ ਪਾਉਣ ਲੱਗਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਪੰਡਿਤ ਨੂੰ ਕੁਛ ਇਸ ਤਰ੍ਹਾਂ ਆਖਦੇ ਨੇ, ਪੰਡਿਤ ਜੀ ਭਲਾ ਇਹ ਤਾਂ ਦੱਸੋ ਇਹ ਕੱਚੇ ਤੰਦਾਂ ਦਾ ਜਨੇਊ ਕਿਸ ਵਾਸਤੇ ਹੈ, ਮੈਨੂੰ ਕੀ ਲਾਭ ਹੋਵੇਗਾ? ਬਾਲਕ, ਇਸ ਜਨੇਊ ਦੇ ਪਹਿਨਣ ਤੋਂ ਬਿਨਾਂ ਤੂੰ ਅਪਵਿੱਤਰ ਹੈ, ਕਿਸੇ ਧਾਰਮਿਕ ਕਿਰਿਆ ਕਰਨ ਦੇ ਯੋਗ ਨਹੀਂ। ਹਿੰਦੂ ਧਰਮ ਦੀ ਇਹੀ ਨਿਸ਼ਾਨੀ ਹੈ, ਇਹ ਹਰ ਇੱਕ ਹਿੰਦੂ ਨੂੰ ਜ਼ਰੂਰੀ ਪਾਉਣਾ ਪੈਂਦਾ। ਗੁਰੂ ਜੀ ਨੇ ਪੰਡਿਤ ਨੂੰ ਕੁਛ ਇਸ ਤਰ੍ਹਾਂ ਕਿਹਾ, ਅੱਛਾ ਜੇ ਅਸੀਂ ਕੱਚੀਆਂ ਤੰਦਾਂ ਗੱਲ ਵਿੱਚ ਨਹੀਂ ਪਾਵਾਂਗੇ ਤਾਂ ਅਸੀਂ ਪਵਿੱਤਰ ਨਹੀਂ ਅਪਵਿੱਤਰ ਰਹਿ ਜਾਵਾਂਗੇ। ਸ਼ਸਤਰ ਵੇਦ ਤਾਂ ਇਹੀ ਕਹਿੰਦੇ ਨੇ। ਤਾਂ ਗੁਰੂ ਜੀ ਕਹਿਣ ਲੱਗੇ, ਹੇ ਪੰਡਿਤ, ਉਹ ਜਨੇਊ ਪਾ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜੱਤ ਹੋਣ ਤੇ ਜਿਸ ਦਾ ਬੱਟ ਉੱਚਾ ਆਚਰਣ ਹੋਵੇ। ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤੇਰੇ ਕੋਲ ਤਾਂ ਪਾ ਦੇ। ਇਹ ਕੀ ਕਹਿ ਰਿਹਾ ਬਾਲਕ, ਇਸ ਤਰ੍ਹਾਂ ਦਾ ਕਿਹੜਾ ਜਨੇਊ ਹੁੰਦਾ? ਗੁਰੂ ਜੀ ਨੇ ਆਖਿਆ, ਇਹ ਉਹ ਜਨੇਊ ਹੈ, ਨਾ ਇਹ ਟੁੱਟਦਾ ਏ ਤੇ ਨਾ ਹੀ ਗੁਆਚਦਾ ਏ। ਮੈਨੂੰ ਕੁਛ ਸਮਝ ਨਹੀਂ ਆ ਰਿਹਾ ਬਾਲਕ, ਤੂੰ ਕੀ ਕਹਿ ਰਿਹਾ? ਇਹ ਕੱਚੇ ਧਾਗੇ ਦਾ ਜਨੇਊ ਹੈ, ਇਹ ਮੈਲਾ ਵੀ ਹੁੰਦਾ ਤੇ ਸੜਦਾ ਵੀ ਹੈ। ਜਿਸ ਜਨੇਊ ਦੀ ਗੱਲ ਤੁਸੀਂ ਕਰਦੇ ਹੋ ਉਸ ਤਰ੍ਹਾਂ ਦੇ ਜਨੇਊ ਨੂੰ ਮੈਂ ਦੇਖਿਆ ਹੀ ਨਹੀਂ ਤੇ ਨਾ ਕਦੇ ਪਾਇਆ। ਗੁਰੂ ਜੀ ਨੇ ਆਖਿਆ, ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਹ ਜਨੇਊ ਅਪਣਾ ਲਿਆ ਹੈ। ਇਹ ਜਿਹੜੇ ਜਨੇਊ ਤੂੰ ਚੁੱਕੀ ਫਿਰਦਾ ਹੈ ਇਹ ਨਹੀਂ। ਜੇ ਕੋਈ ਜਨੇਊ ਮੇਰੇ ਗਲ ਵਿੱਚ ਪਾਉਣਾ ਹੈ ਤਾਂ ਉਹ ਪਾ ਜਿਹੜਾ ਕਿਸੇ ਮਨੁੱਖ ਦੇ ਮਰਨ ਤੋਂ ਬਾਅਦ ਵੀ ਅੱਗ ਵਿੱਚ ਨਾ ਸੜੇ ਤੇ ਮਰਨ ਵਾਲੇ ਦੇ ਨਾਲ ਜਾਏ। ਐ ਬਾਲਕ, ਜਿਹੜੀ ਵਸਤੂ ਜਿਹੜਾ ਇਨਸਾਨ ਜੋ ਕੁਝ ਵੀ ਇਸ ਧਰਤੀ ਤੇ ਉਪਜਿਆ ਉਸਨੇ ਇੱਥੇ ਹੀ ਖਤਮ ਹੋ ਜਾਣਾ, ਤੂੰ ਸਾਨੂੰ ਮੂਰਖ ਬਣਾ ਰਿਹਾ। ਗੁਰੂ ਜੀ ਨੇ ਆਖਿਆ, ਹੇ ਪੰਡਿਤ, ਅਸੀਂ ਤੁਹਾਨੂੰ ਮਾੜਾ ਤੇ ਨਹੀਂ ਕਿਹਾ, ਤੁਸੀਂ ਕ੍ਰੋਧ ਵਿੱਚ ਨਾ ਆਵੋ, ਤੁਸੀਂ ਠੱਗੀਆਂ ਮਾਰਨੀਆਂ ਛੱਡ ਦੇਵੋ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਨਾ ਪਾਓ। ਤੁਸੀਂ ਕਹਿੰਦੇ ਹੋ ਜਨੇਊ ਪਾਓ ਪਵਿੱਤਰ ਹੋ ਜਾਓਗੇ, ਤੁਸੀਂ ਤੇ ਜਨੇਊ ਪਾਇਆ ਹੋਇਆ, ਕੀ ਤੁਸੀਂ ਪਵਿੱਤਰ ਹੋ? ਫਿਰ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਬਦਲਿਆ? ਤੂੰ ਮੈਨੂੰ ਚੋਰ ਕਹਿ ਰਿਹਾ, ਠੱਗ ਆਖ ਰਿਹਾ? ਜੇ ਤੁਸੀਂ ਹਿੰਦੂ ਧਰਮ ਵਿੱਚ ਰਹਿਣਾ ਤਾਂ ਤੁਹਾਨੂੰ ਜਨੇਊ ਪਾਉਣਾ ਹੀ ਪਏਗਾ, ਨਹੀਂ ਤੁਹਾਨੂੰ ਹਿੰਦੂ ਸਮਾਜ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ। ਗੁਰੂ ਜੀ ਨੇ ਫੇਰ ਪੰਡਿਤ ਨੂੰ ਆਖਿਆ, ਹੇ ਪੰਡਿਤ, ਮੈਂ ਕਿਹਾ ਜੇ ਤੁਹਾਡੇ ਕੋਲ ਨਾ ਟੁੱਟਣ ਵਾਲਾ ਨਾ ਸੜਨ ਵਾਲਾ ਨਾ ਮੈਲਾ ਹੋਣ ਵਾਲਾ ਜਨੇਊ ਹੈ ਤਾਂ ਪਾ ਦੇ। ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ। ਰੱਬ ਦੀ ਦਰਗਾਹ ਵਿੱਚ ਤਦੋਂ ਹੀ ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿੱਚ ਦ੍ਰਿੜ ਕਰ ਲਈਏ, ਕਿਉਂਕਿ ਰੱਬ ਦੀ ਸਿਫਤ ਸਲਾਹ ਹੀ ਸੁੱਚਾ ਜਨੇਊ। ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਸੁੱਚਾ ਜਨੇਊ ਮਿਲ ਜਾਵੇ ਤਾਂ ਮੈਨੂੰ ਪਾ ਦੇਣਾ। ਕਲਯੁਗ ਦੀ ਨਿਸ਼ਾਨੀ ਹੈ, ਦੇਖਿਆ ਨਾਨਕ ਕਲ ਦਾ ਛੋਕਰਾ ਕਿਵੇਂ ਮੇਰੀ ਹੱਤਕ ਕਰਕੇ ਗਿਆ।
ਨਹੀਂ ਤਾਂ ਕੁਝ ਮਰਜ਼ੀ ਪਾਈ ਜਾਓ, ਉਹਦੇ ਨਾਲ ਕੁਝ ਵੀ ਫਰਕ ਪੈਣ ਵਾਲਾ ਨਹੀਂ। ਸਮਾਂ ਬੀਤਦਾ ਗਿਆ, ਦੁਨੀਆ ਵੀ ਤੰਦਿਆਂ ਨਾਲ ਜੋੜਨ ਵਾਸਤੇ ਕਾਲੂ ਜੀ ਨੇ ਨਾਨਕ ਨੂੰ ਮੱਝੀਆਂ ਦਾ ਛੇੜੂ ਬਣਾ ਦਿੱਤਾ। ਹੱਥ ਵਿੱਚ ਸੋਟੀ ਫੜ ਗਊਆਂ ਤੇ ਮੱਝਾਂ ਅੱਗੇ ਲਾਈਆਂ ਤੇ ਹਰੇ ਘਾਹ ਵਾਲੀ ਜੂਹ ਵਿੱਚ ਚਰਨ ਵਾਸਤੇ ਛੱਡ ਦਿੱਤੀਆਂ ਤੇ ਆਪ ਵਣ ਦੀ ਠੰਡੀ ਛਾਂ ਵਿੱਚ ਬੈਠ ਗਏ ਤੇ ਕਰਤਾਰ ਨਾਲ ਵਿਰਤੀ ਜੋੜ ਲਈ। ਤਰਕਾਲਾਂ ਪੈ ਗਈਆਂ। ਹਰੀ ਜੂਹ ਦੇ ਨਾਲ ਕਿਸੇ ਜੱਟ ਦੀ ਕਣਕ ਖੜੀ ਸੀ। ਖੇਤ ਵਿੱਚ ਹਰਿਆਵਲ ਵੇਖ ਕੇ ਮੱਝਾਂ ਕਣਕ ਵਿੱਚ ਜਾ ਵੜੀਆਂ ਤੇ ਉੱਪਰੋਂ ਖੇਤ ਦਾ ਮਾਲਕ ਆਇਆ ਤੇ ਉਜੜਿਆ ਖੇਤ ਦੇਖ ਕੇ ਕਹਿਣ ਲੱਗਾ, ਇਹ ਮੱਝਾਂ ਤਾਂ ਪਟਵਾਰੀ ਦੀਆਂ ਨੇ, ਮੇਰਾ ਸਾਰਾ ਖੇਤ ਉਜਾੜ ਛੱਡਿਆ ਇਹਨਾਂ ਨੇ। ਮੈਂ ਹੁਣੇ ਜਾ ਕੇ ਰਾਏ ਬੁਲਾਰ ਸਾਹਿਬ ਹੋਰਾਂ ਨੂੰ ਦੱਸਦਾ। ਰਾਏ ਸਾਹਿਬ, ਆਪ ਦੇ ਪਟਵਾਰੀ ਦੇ ਮੁੰਡੇ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ। ਮੈਂ ਆਪ ਜਾ ਕੇ ਮੱਝਾਂ ਖੇਤ ਵਿੱਚੋਂ ਕੱਢੀਆਂ ਨੇ। ਮੇਰਾ ਸਾਰਾ ਖੇਤ ਉਜਾੜ ਦਿੱਤਾ ਗਿਆ। ਤੁਸੀਂ ਆਪ ਚੱਲ ਕੇ ਦੇਖ ਲਓ। ਇਹ ਗੱਲ ਸੱਚ ਹੈ? ਤੂੰ ਆਪ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ? ਜੀ ਰਾਏ ਸਾਹਿਬ। ਤੂੰ ਚੱਲ ਮੇਰੇ ਨਾਲ। ਓਏ, ਤੂੰ ਤੇ ਕਹਿੰਦਾ ਸੀ ਤੇਰਾ ਸਾਰਾ ਖੇਤ ਉਜੜ ਗਿਆ, ਪਰ ਤੇਰਾ ਖੇਤ ਤੇ ਉਸੇ ਤਰ੍ਹਾਂ ਲਹਿਰਾ ਰਿਹਾ ਹੈ। ਕਣਕ ਦਾ ਇੱਕ ਤੀਲਾ ਵੀ ਨਹੀਂ ਟੁੱਟਿਆ। ਤੂੰ ਝੂਠ ਬੋਲਿਆ, ਤੈਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ। ਮਾਲਕ, ਪਤਾ ਨਹੀਂ ਕੀ ਭਾਣਾ ਵਰਤ ਗਿਆ, ਮੈਂ ਹੁਣੇ ਖੇਤ ਵਿੱਚੋਂ ਮੱਝਾਂ ਕੱਢ ਕੇ ਗਿਆ ਤੇ ਸਾਰਾ ਖੇਤ ਉਜੜਿਆ ਹੋਇਆ ਸੀ। ਹੁਣ ਤੇ ਭਾਈ ਇੱਕ ਤੀਲਾ ਵੀ ਨਹੀਂ ਟੁੱਟਿਆ ਦਿਸਦਾ, ਕਿਤੇ ਪਸ਼ੂ ਦੇ ਨਿਸ਼ਾਨ ਵੀ ਨਹੀਂ। ਐਵੇਂ ਝੂਠਾ ਲਾਂਭਾ ਦੇਣਾ ਠੀਕ ਨਹੀਂ। ਅੰਨਦਾਤਾ, ਮੈਨੂੰ ਬਖਸ਼ ਦਿਓ, ਮੈਂ ਸੱਚਾ ਜ਼ਰੂਰ ਸਾਂ ਪਰ ਹੁਣ ਝੂਠਾ ਹੋ ਗਿਆ। ਪਰ ਇੰਜ ਜਾਪਦਾ ਕਿ ਮਹਿਤਾ ਜੀ ਦਾ ਪੁੱਤਰ ਕੋਈ ਕਰਾਮਾਤੀ ਜੀਵ ਹੈ, ਇਹ ਕੌਤਕ ਉਸੇ ਦਾ। ਚੰਗਾ, ਜਾ, ਚਲਾ ਜਾ। ਅੱਗੇ ਵਾਸਤੇ ਇਸ ਤਰ੍ਹਾਂ ਦੀ ਗੁਸਤਾਖੀ ਨਹੀਂ ਹੋਣੀ ਚਾਹੀਦੀ। ਜੀ ਰਾਏ ਸਾਹਿਬ। ਮੱਝਾਂ ਚਾਰਦਿਆਂ ਗੁਰੂ ਜੀ ਨੂੰ ਨੀਂਦ ਆ ਗਈ ਤੇ ਧਰਤੀ ਦੇ ਤੁਰਨ ਨਾਲ ਵਣ ਦੀ ਛਾਂ ਦੂਜੇ ਪਾਸੇ ਚਲੀ ਗਈ। ਗੁਰੂ ਜੀ ਦੇ ਸਿਰ ਦੇ ਉੱਪਰ ਧੁੱਪ ਆ ਗਈ ਤੇ ਅਕਾਲ ਪੁਰਖ ਦੇ ਹੁਕਮ ਨਾਲ ਇੱਕ ਸ਼ੇਸ਼ ਨਾਗ ਆਇਆ ਤੇ ਆਪਣੀ ਫਣ ਉੱਚੀ ਕਰਕੇ ਗੁਰੂ ਜੀ ਦੇ ਚਿਹਰੇ ਤੇ ਛਾਂ ਕਰਕੇ ਬੈਠ ਗਿਆ। ਸਬੱਬ ਨਾਲ ਰਾਏ ਬੁਲਾਰ ਉੱਧਰ ਆ ਨਿਕਲਿਆ।
ਉਹ ਗੁਰੂ ਜੀ ਦੇ ਸਿਰ ਤੇ ਸੱਪ ਵੇਖ ਕੇ ਡਰ ਗਿਆ। ਇਹ ਸੱਪਾਂ ਦੀ ਧਰਤੀ ਹੈ, ਇਹ ਸੱਪ ਕਈਆਂ ਮਨੁੱਖਾਂ ਦੀਆਂ ਜਾਨਾਂ ਲੈ ਜਾਂਦੇ ਨੇ। ਇਹ ਸੱਪ ਨੇ ਕਿਤੇ ਨਾਨਕ ਦੇ ਸਾਹ ਹੀ ਨਾ ਪੀ ਲਏ ਹੋਣ। ਅੱਗੇ ਹੋ ਕੇ ਦੇਖੋ ਨਾਨਕ ਦਾ ਕੀ ਹਾਲ ਹੈ। ਹਜ਼ੂਰ, ਸੱਪ ਤੇ ਦੇਖਣੋ ਹੀ ਹਟ ਗਿਆ। ਰਾਏ ਬੁਲਾਰੇ ਵੇਖ ਕੇ ਬੜਾ ਹੈਰਾਨ ਹੋਇਆ ਤੇ ਨਾਨਕ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਆਖਣ ਲੱਗਾ, ਮੈਂ ਬਲਿਹਾਰ ਜਾਵਾਂ। ਦਿਨ ਲੰਘਦੇ ਗਏ ਤੇ ਗੁਰੂ ਨਾਨਕ ਦੇਵ ਜੀ 19 ਵਰਿਆਂ ਦੇ ਹੋ ਗਏ। ਤਾਂ ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਚੂੜਖਾਨੇ ਦੀ ਮੰਡੀ ਵਿੱਚ ਭੇਜਿਆ। ਚੂੜਖਾਨੇ ਵੜਨ ਤੋਂ ਪਹਿਲਾਂ ਇੱਕ ਨਾਗੇ ਸਾਧੂਆਂ ਦਾ ਟੋਲਾ ਤਪਦੀਆਂ ਧੂਣੀਆਂ ਸਾਹਮਣੇ ਚੌਂਕੜੀਆਂ ਮਾਰੀ ਡਟੇ ਹੋਏ ਸਨ ਤੇ ਗੁਰੂ ਨਾਨਕ ਦੇਵ ਜੀ ਨੇ ਬਾਲੇ ਨੂੰ ਆਖਿਆ, ਇਸ ਤੋਂ ਖਰਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ। ਤੇ ਗੁਰੂ ਜੀ ਨੇ 20 ਰੁਪਏ ਦਾ ਸੌਦਾ ਲਿਆ ਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਤੇ ਵਾਪਸ ਤਲਵੰਡੀ ਆ ਗਏ। ਜਦ ਇਸ ਗੱਲ ਦਾ ਪਤਾ ਮਹਿਤਾ ਕਾਲੂ ਜੀ ਨੂੰ ਲੱਗਿਆ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਦੇ ਚਪੇੜਾ ਮਾਰੀਆਂ। ਇਹ ਗੱਲ ਸਾਰੇ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਤੇ ਉੜਦੀ ਉੜਦੀ ਇਹ ਗੱਲ ਰਾਏ ਬੁਲਾਰ ਦੇ ਕੰਨੀ ਪਈ। ਸਲਾਮ ਰਾਏ ਸਾਹਿਬ, ਤੁਸੀਂ ਸਵੇਰੇ ਸਵੇਰੇ, ਖੈਰ ਤੇ ਹੈ? ਰਾਏ ਸਾਹਿਬ, ਕੁਝ ਸੁਣਿਆ ਜੀ? ਕੀ? ਪਟਵਾਰੀ ਜੀ ਨੇ ਅੱਜ ਨਾਨਕ ਦੇ ਚਪੇੜਾ ਕੱਟ ਮਾਰੀਆਂ ਨੇ। ਕਿਉਂ ਚਪੇੜਾ ਮਾਰੀਆਂ ਨੇ ਉਹਨੇ ਨਾਨਕ ਦੇ? ਮਹਿਤਾ ਜੀ ਨੇ ਨਾਨਕ ਨੂੰ 20 ਰੁਪਏ ਦੇ ਕੇ ਚੂੜਖਾਨੇ ਦੀ ਮੰਡੀ ਭੇਜਿਆ। ਕਿਆ ਕੋਈ ਵਪਾਰ ਕਰ ਲੈ, ਤੇ ਜਿਹੜਾ ਵਪਾਰ ਉਹ ਕਰਕੇ ਆਇਆ ਉਹ ਸੁਣਿਆ ਜੇ ਕੁਛ? ਐਸਾ ਕੀ ਕਰ ਆਇਆ ਉਹ? ਰਸਤੇ ਵਿੱਚ ਇੱਕ ਵੇਲੜ ਸਾਧੂਆਂ ਦੇ ਟੋਲੇ ਨੂੰ ਲੰਗਰ ਖਵਾਇਆ ਜੇ। ਮਹਿਤਾ ਜੀ ਨੇ ਪੁੱਛਿਆ ਤੇ ਕਹਿਣ ਲੱਗਾ, ਤੁਸੀਂ ਆਪ ਹੀ ਤੇ ਆਖਿਆ ਸੀ ਖਰਾ ਸੌਦਾ ਕਰਕੇ ਆਣਾ, ਤੇ ਮੈਨੂੰ ਇਸ ਤੋਂ ਖਰਾ ਸੌਦਾ ਕੋਈ ਲੱਗਾ ਹੀ ਨਹੀਂ। ਰਾਏ ਸਾਹਿਬ, 20 ਰੁਪਏ ਖੂਹ ਵਿੱਚ ਪਾਇਆ ਜੇ। ਮੇਰੇ ਲੱਕ ਸਮਝਾਉਣ ਤੇ ਵੀ ਉਸ ਤੇ ਕੋਈ ਅਸਰ ਨਹੀਂ ਹੋਇਆ। ਉਹਨੇ 20 ਰੁਪਿਆਂ ਦੇ ਬਦਲੇ ਉਸ ਖੁਦਾ ਦੇ ਨਬੀ ਨੂੰ ਮਾਰਿਆ, ਉਹਨੇ ਜਗਤ ਗੁਰੂ ਦੇ ਚਪੇੜਾ ਮਾਰੀਆਂ, ਉਹਦੇ ਹੱਥ ਕਿਉਂ ਨਾ ਕੰਬੇ? ਉਹ ਉਸਨੂੰ ਪੁੱਤਰ ਸਮਝ ਰਿਹਾ। ਮੈਂ ਉਸਨੂੰ ਹਜ਼ਾਰ ਵਾਰ ਸਮਝਾਇਆ ਕਿ ਉਹ ਨਾਨਕ ਨੂੰ ਕੁਝ ਨਾ ਆਖਿਆ ਕਰੇ। ਉਹ ਜਿਸ ਮੌਜ ਵਿੱਚ ਰਹਿੰਦਾ ਉਸਨੂੰ ਉਸੇ ਮੌਜ ਵਿੱਚ ਰਹਿਣ ਦੇ, ਉਹ ਜੋ ਕਰਦਾ ਉਸਨੂੰ ਕਰਨ ਦੇ। ਉਹ ਬਰਕਤ ਵਾਲਾ ਜੀ ਏ, ਪਰਮਾਤਮਾ ਦਾ ਰੂਪ ਹੈ ਉਹ। ਉਸ ਸੱਚੀ ਰੂਹ ਦੇ ਦਰਸ਼ਨ ਕੀਤਿਆਂ ਤਪਦਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ। ਮੈਂ ਬੜਾ ਸਮਝਾਇਆ ਪਰ ਕਾਲੂ ਨਹੀਂ ਸਮਝਿਆ। ਜਿਹੜੀਆਂ ਚਪੇੜਾਂ ਉਹਨੇ ਨਾਨਕ ਦੇ ਮਾਰੀਆਂ ਨੇ ਉਹ ਉਹਨਾਂ ਦੇ ਨਹੀਂ ਸਗੋਂ ਮੇਰੇ ਮਾਰੀਆਂ, ਰਾਏ ਬੁਲਾਰ ਦੇ ਮੂੰਹ ਤੇ ਮਾਰੀਆਂ ਨੇ। ਜਾਓ, ਤੁਸੀਂ ਉਸ ਨੂੰ ਮੇਰੇ ਕੋਲ ਲੈ ਆਓ, ਜੋ ਮਰਜ਼ੀ ਹੋਵੇ ਪਰ ਉਹ ਨਾਨਕ ਨੂੰ ਕੁਝ ਨਾ ਆਖੇ। ਅੱਛਾ ਜੀ, ਜਿਵੇਂ ਤੁਹਾਡਾ ਹੁਕਮ। ਕਾਲੂ ਕੋਲ ਉਹ ਅੱਖ ਹੀ ਨਹੀਂ ਜਿਹੜੀ ਨਾਨਕ ਨੂੰ ਪਹਿਚਾਣ ਸਕੇ। ਉਹ ਖੁਦਾ ਦਾ ਬੰਦਾ ਹੈ, ਉਹ ਖੁਦ ਖੁਦਾ ਹੈ, ਉਹ ਖੁਦ ਖੁਦਾ ਹੈ, ਉਹ ਖੁਦ ਖੁਦਾ ਹੈ। ਰਾਏ ਬੁਲਾਰ ਦੇ ਸੁਨੇਹੇ ਤੋਂ ਬਾਅਦ ਮਹਿਤਾ ਕਾਲੂ ਜੀ ਹੋਰ ਚਿੰਤਾ ਵਿੱਚ ਪੈ ਗਏ। ਜਵਾਨ ਪੁੱਤਰ ਹੈ,
ਕੋਈ ਕੰਮ ਕਰ ਲਵੇ, ਕੱਲ ਨੂੰ ਇਸ ਦਾ ਵਿਆਹ ਵੀ ਕਰਨਾ ਹੈ। ਸਮਾਂ ਬੀਤਦਾ ਗਿਆ, ਮਹਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰ ਦਿੱਤਾ। ਗ੍ਰਸਤੀ ਜੀਵਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਪੁੱਤਰ ਹੋਏ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨਵਾਬ ਦੌਲਤ ਖਾਂ ਤੋਂ ਨੌਕਰੀ ਕਰਦੇ ਸਨ ਤਾਂ ਲੋਕ ਬਹੁਤ ਖੁਸ਼ ਸਨ। ਗੁਰੂ ਨਾਨਕ ਦੇਵ ਜੀ ਸੌਦਾ ਤੋਲਦੇ ਤਾਂ 1 ਤੋਂ 12 ਤੱਕ ਗਿਣਤੀ ਕਰਦੇ, ਜਦੋਂ 13ਵਾਂ ਛਾਬਾ ਪਾਉਂਦੇ ਤਾਂ ਉਸ ਤੋਂ ਬਾਅਦ ਗਿਣਤੀ ਭੁੱਲ ਕੇ 13-13 ਕਹੀ ਜਾਂਦੀ। ਮੋਦੀ ਖਾਨੇ ਦੇ ਇੱਕ ਨੌਕਰ ਨੇ ਜਾ ਕੇ ਨਵਾਬ ਦੌਲਤ ਖਾਂ ਕੋਲ ਸ਼ਿਕਾਇਤ ਕੀਤੀ ਕਿ ਨਾਨਕ ਐਵੇਂ ਹੀ ਮੋਦੀ ਖਾਨਾ ਲੁਟਾਈ ਜਾ ਰਿਹਾ ਹੈ, ਤੁਸੀਂ ਉਸ ਤੋਂ ਇਸ ਦਾ ਹਿਸਾਬ ਲਾਓ। ਜਦੋਂ ਮੋਦੀ ਖਾਨੇ ਦਾ ਹਿਸਾਬ ਕੀਤਾ ਤਾਂ ਹਰ ਚੀਜ਼ ਪਹਿਲਾਂ ਨਾਲੋਂ ਵੱਧ ਪਾਈ ਗਈ ਅਤੇ ਉਸ ਦਿਨ ਤੋਂ ਬਾਅਦ ਨਵਾਬ ਦੌਲਤ ਖਾਂ ਗੁਰੂ ਨਾਨਕ ਦਾ ਸਤਿਕਾਰ ਕਰਨ ਲੱਗ ਪਿਆ। ਇੱਕ ਦਿਨ ਗੁਰੂ ਨਾਨਕ ਦੇਵ ਜੀ ਬੇਈ ਨਦੀ 'ਤੇ ਇਸ਼ਨਾਨ ਕਰਨ ਗਏ ਤਾਂ ਜਦ ਨਦੀ ਵਿੱਚ ਉਤਰੇ ਤਾਂ ਬਾਹਰ ਨਹੀਂ ਆਏ। ਇੱਕ ਸੇਵਕ ਨੇ ਰੌਲਾ ਪਾ ਦਿੱਤਾ, ਨਾਨਕ ਡੁੱਬ ਗਿਆ, ਨਾਨਕ ਡੁੱਬ ਗਿਆ। ਇਹ ਗੱਲ ਬੀਬੀ ਨਾਨਕੀ ਕੋਲ ਪੁੱਜੀ। ਬੀਬੀ ਨਾਨਕੀ ਜੀ ਆਖਣ ਲੱਗੇ, ਤੁਸੀਂ ਚਿੰਤਾ ਨਾ ਕਰੋ, ਉਹ ਡੁੱਬਣ ਲਈ ਨਹੀਂ ਆਇਆ, ਉਹ ਤਾਂ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ ਹੈ। ਜੰਗਲ ਦੀ ਅੱਗ ਦੀ ਤਰ੍ਹਾਂ ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ, ਨਾਨਕ ਡੁੱਬ ਗਿਆ, ਨਾਨਕ ਬਈ 'ਚ ਡੁੱਬ ਗਿਆ। ਓਏ ਨਾਨਕ ਡੁੱਬ ਗਿਆ, ਨਾਨਕ ਡੁੱਬ ਗਿਆ, ਕੀ ਕਿਹਾ, ਨਾਨਕ ਡੁੱਬ ਗਿਆ? ਨਾਨਕ ਨਹੀਂ ਡੁੱਬ ਸਕਦਾ ਭਰਾਵਾ, ਗਰੀਬਾਂ ਦਾ ਮਸੀਹਾ ਹੈ, ਉਹ ਨਹੀਂ ਡੁੱਬ ਸਕਦਾ ਭਰਾਵੋ। ਉਹਦੇ ਤੋਲ ਵਿੱਚ ਬੜੀ ਬਰਕਤ ਹੈ, ਉਹ ਤੇ ਬਰਕਤਾਂ ਵੰਡਣ ਵਾਲਾ ਹੈ, ਉਹ ਨਹੀਂ ਡੁੱਬ ਸਕਦਾ। ਉਹਨਾਂ ਦੇ ਮੂੰਹ ਦੀ ਬਾਣੀ ਸੁਣ ਕੇ ਤਪਦਾ ਹਿਰਦਾ ਠੰਡਾ ਹੋ ਜਾਂਦਾ, ਉਹ ਨਹੀਂ ਡੁੱਬ ਸਕਦਾ। ਕੋਈ ਆਖਦਾ ਮੋਦੀ ਖਾਨੇ ਵਿੱਚ ਘਾਟਾ ਪਿਆ, ਹਿਸਾਬ ਦੇਣ ਤੋਂ ਡਰਦਿਆਂ ਆਤਮਘਾਤ ਕਰ ਲਿਆ। ਕਈ ਲੋਕ ਤਾਂ ਕਹਿੰਦੇ ਉਹਦੀ ਆਪਣੇ ਟੱਬਾਂ ਨਾਲ ਨਹੀਂ ਬਣਦੀ ਸੀ, ਦੁਨੀਆਂ ਤੋਂ ਤੰਗ ਆ ਕੇ ਮਰ ਗਿਆ। ਆਹੋ ਭਾਈ, ਜਿੰਨੇ ਮੂੰਹ ਓਨੀਆਂ ਗੱਲਾਂ, ਦਾਤੀ ਨੂੰ ਇੱਕ ਪਾਸੇ ਦੰਦ ਹੁੰਦੇ ਨੇ, ਲੋਕਾਂ ਦੇ ਤਾਂ ਦੋਹੇ ਪਾਸੇ ਨੇ। ਉਹ ਕੀ ਹੋਇਆ ਭਾਈ? ਨਾਨਕ ਵੇਈ 'ਚ ਡੁੱਬ ਗਿਆ। ਕੀ ਕਿਹਾ, ਨਾਨਕ ਡੁੱਬ ਗਿਆ? ਹਾਂਜੀ ਨਵਾਬ ਸਾਹਿਬ। ਪਰ ਕਿਉਂ, ਕੀ ਦੁੱਖ ਸੀ ਉਸਨੂੰ? ਲੋਕ ਕਹਿੰਦੇ ਮੋਦੀ ਖਾਨੇ ਵਿੱਚ ਹੇਰਾ ਫੇਰੀ ਕੀਤੀ ਹੈ ਤਾਂ ਡੁੱਬ ਗਿਆ। ਕੌਣ ਕਹਿੰਦਾ ਇਹ? ਮੋਦੀ ਖਾਨੇ ਵਿੱਚ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਸਮਾਨ ਪਿਆ, ਲੋਕ ਮੂਰਖ ਨੇ। ਨਾਨਕ ਵਰਗਾ ਭਲਾ ਬੰਦਾ ਹੋਰ ਨਹੀਂ ਹੋ ਸਕਦਾ। ਤੁਸੀਂ ਹੁਣੇ ਜਾਓ, ਜਿੰਨੇ ਵੀ ਇਸ ਇਲਾਕੇ 'ਚ ਗੋਤਾਖੋਰ ਨੇ ਉਹਨਾਂ ਸਾਰਿਆਂ ਨੂੰ ਨਾਨਕ ਦੀ ਭਾਲ ਵਾਸਤੇ ਲਾ ਦਿਓ। ਜਿੰਨਾ ਚਿਰ ਨਾਨਕ ਨਹੀਂ ਆਉਂਦਾ ਉਹਨਾਂ ਚਿਰ ਮੋਦੀ ਖਾਨਾ ਬੰਦ ਰਹੇਗਾ। ਜੋਤ ਸਰੂਪ, ਦਿਆਲੂ, ਕਿਰਪਾਲੂ ਤੇ ਜਗਤ ਦੇ ਰੱਖਿਅਕ ਗੁਰੂ ਨਾਨਕ ਦੇਵ ਜੀ ਦੇ ਚੋਜ ਨਿਰਾਲੇ, ਉਹਦੇ ਚੋਜਾਂ ਨੂੰ ਕੌਣ ਜਾਣੇ। ਤੀਜੇ ਦਿਨ ਵੇਈ ਨਦੀ ਵਿੱਚੋਂ ਪ੍ਰਗਟ ਹੋ ਗਏ। ਉਹਨਾਂ ਦੇ ਪ੍ਰਗਟ ਹੋਣ ਤੇ ਕੁਦਰਤ ਨੇ ਸਵਾਗਤ ਕੀਤਾ। ਜਦੋਂ ਨਦੀ ਵਿੱਚੋਂ ਬਾਹਰ ਆਏ ਤਾਂ ਉਹਨਾਂ ਦਾ ਕੋਈ ਸੇਵਕ ਤੇ ਨਾ ਬਸਤਰ ਨਦੀ ਕਿਨਾਰੇ ਤੋਂ ਦੂਰ ਹਰੇ ਘਾਹ ਉੱਤੇ ਚੌਂਕੜਾ ਮਾਰ ਕੇ ਬਹਿ ਗਏ।
ਤੇ ਨੈਣ ਮੁੰਦ ਲਈ ਤੇ ਸਤ ਕਰਤਾਰ ਦਾ ਜਾਪ ਕਰਨ ਲੱਗੇ। ਜਦੋਂ ਸਵੇਰੇ ਪਿੰਡ ਦੇ ਲੋਕ ਨਹਾਉਣ ਵਾਸਤੇ ਆਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਤੱਕਿਆ। ਦੇਵਦਾਸ, ਉਹ ਵੇਖ ਸਾਹਮਣੇ ਕੋਈ ਸਮਾਧੀ ਲਈ ਬੈਠੇ ਹੈ। ਇਹ ਤਾਂ ਨਾਨਕ ਹੈ। ਤਿੰਨ ਦਿਨ ਹੋ ਗਏ, ਇਹ ਤਾਂ ਡੁੱਬ ਗਿਆ ਸੀ, ਇਹ ਕਿੱਥੋਂ ਆ ਗਿਆ? ਕਿਤੇ ਉਹਦੀ ਰੂਹ ਤਾਂ ਨਹੀਂ ਜਿਹੜੀ ਭੂਤ ਬਣ ਕੇ ਆ ਬੈਠੀ? ਉਹ ਨਹੀਂ ਨਹੀਂ ਭਰਾਵਾ, ਰੂਹ ਜਾਂ ਭੂਤ ਇਸ ਤਰ੍ਹਾਂ ਨਹੀਂ ਬੈਠਦੇ ਹੁੰਦੇ। ਉਹ ਲੋਕ ਕਹਿੰਦੇ ਨੇ ਭੂਤ ਤਾਂ ਧਰਤੀ ਤੇ ਪੈਰ ਨਹੀਂ ਲਾਉਂਦੇ। ਚਲੋ ਨੇੜੇ ਜਾ ਕੇ ਦੇਖਦੇ ਆ। ਹਾਂ ਹਾਂ ਆ ਜਾਓ। ਚਲੋ 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 ਆ ਜਾਓ। ਤੁਸੀਂ ਨਾਨਕ ਹੋ? ਇਹ ਤਾਂ ਬੋਲਦੇ ਹੀ ਨਹੀਂ। ਚਲੋ ਆਪਾਂ ਸੁਲਤਾਨਪੁਰ ਲੋਕਾਂ ਨੂੰ ਦੱਸਦੇ ਆ। ਚਲੋ 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 ਚਲੋ। ਨਾਨਕ ਜਿੰਦਾ ਹੋ ਗਿਆ। ਹਾਂ ਨਾਨਕ ਜਿੰਦਾ ਹੋ ਗਿਆ। ਕੀ ਕਿਹਾ? ਨਾਨਕ ਜਿੰਦਾ ਹੋ ਗਿਆ। ਹਾਂ ਨਾਨਕ ਜਿੰਦਾ ਹੋ ਗਿਆ। ਪਰ ਉਹ ਬੋਲਦਾ ਕਿਸੇ ਨਾਲ ਵੀ ਨਹੀਂ, ਸਮਾਧੀ ਲਾਈ ਬੈਠਾ ਵੇਈ ਦੇ ਕੰਢੇ। ਤੁਸੀਂ ਮੇਰੇ ਨਾਲ ਚੱਲੋ। ਤੂੰ ਜਾ ਬੀਬੀ ਨਾਨਕੀ ਨੂੰ ਕਹੇ ਵੇਈ ਤੇ ਆ ਜਾਵੇ। ਹੈ, ਇਹ ਤੇ ਸੱਚਮੁੱਚ ਨਾਨਕੇ? ਸ਼ੁਕਰ ਹੈ ਕਰਤਾਰ ਦਾ, ਨਾਨਕ ਜਿੰਦਾ ਹੋ ਗਿਆ। ਨਾਨਕ ਤੁਸੀਂ ਕਿੱਥੇ ਚਲੇ ਗਏ ਸੀ? ਚਲੋ ਉੱਠੋ ਘਰ ਚੱਲੋ। ਗੁਰੂ ਜੀ ਨੇ ਆਖਿਆ, ਇੱਥੇ ਹੀ ਮੇਰਾ ਘਰ ਹੈ, ਸਾਰਾ ਬ੍ਰਹਮੰਡ ਮੇਰਾ ਘਰ ਹੈ, ਹੋਰ ਕਿਹੜੇ ਘਰ ਚੱਲੋ? ਆਪਣੇ ਛੋਟੇ ਪੁੱਤਰ ਨੂੰ ਨਹੀਂ ਦੇਖੋਗੇ ਘਰ ਜਾ ਕੇ? ਗੁਰੂ ਜੀ ਨੇ ਆਖਿਆ, ਪੁੱਤਰਾਂ ਨੂੰ ਹੀ ਦੇਖ ਰਿਹਾ ਹਾਂ। ਉਹ ਸਾਰੇ ਹਉਮੈ, ਈਰਖਾ, ਅਗਿਆਨਤਾ ਦੀ ਭਿਆਨਕ ਅੱਗ ਵਿੱਚ ਸੜ ਰਹੇ ਨੇ, ਬਲ ਰਹੇ ਨੇ। ਜਗਤ ਨੂੰ ਸ਼ਾਂਤ ਕਰਨ ਦੀ ਲੋੜ ਹੈ, ਇਹੋ ਹੁਕਮ ਮੈਨੂੰ ਦਾਤੇ ਨੇ ਕੀਤਾ ਹੈ। ਭੈਣ ਜੀ ਨੂੰ ਕਹਿਣਾ, ਮੈਂ ਹੁਕਮ ਦਾ ਬੱਧਾ ਹਾਂ, ਦਰਗਾਹੋਂ ਦਾਤੇ ਨੇ ਹੁਕਮ ਦਿੱਤਾ ਹੈ, ਮੈਂ ਸੁਲਤਾਨਪੁਰ ਛੱਡ ਰਿਹਾ ਹਾਂ, ਹੁਣ ਮੈਂ ਅਕਾਲ ਪੁਰਖ ਦੀ ਨੌਕਰੀ ਕਰ ਰਹੀ ਹੈ। ਜਗਤ ਜਲ ਰਿਹਾ ਹੈ, ਮਨੁੱਖਾਂ ਦੇ ਹਿਰਦੇ ਤੰਦੂਰ ਵਾਂਗ ਤਪ ਰਹੇ ਨੇ, ਸਤ ਕਰਤਾਰ ਦੇ ਸ਼ੀਤਲ ਜਲ ਦੇ ਛਿੱਟੇ ਦੇਣੇ ਪੈਣੇ ਨੇ। ਕਲ ਤਾਰਨ ਗੁਰੂ ਨਾਨਕ ਆਇਆ, ਗੁਰੂ ਜੀ ਨੇ ਬੇਈ ਨਦੀ ਚੋਂ ਬਾਹਰ ਆ ਕੇ ਮੂਲ ਮੰਤਰ ਦਾ ਪ੍ਰਕਾਸ਼ ਕੀਤਾ ਤੇ ਸੰਸਾਰ ਦੇ ਮਜ਼ਹਬੀ, ਜਾਤੀ, ਨਸਲੀ ਭੇਦ ਵਿਤਕਰੇ ਨੂੰ ਦੂਰ ਕਰਨ ਵਾਸਤੇ ਮਨੁੱਖੀ ਏਕਤਾ ਦਾ ਉਪਦੇਸ਼ ਦਿੱਤਾ। ਉਪਦੇਸ਼ ਦਿੰਦਿਆਂ ਹੋਇਆ ਆਖਿਆ, ਇੱਥੇ ਨਾ ਕੋਈ ਉੱਚਾ ਹੈ ਤੇ ਨਾ ਹੀ ਨੀਵਾਂ ਹੈ, ਸਾਰਾ ਸੰਸਾਰ ਉਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ। ਇਨਸਾਨੀ ਧਰਮ ਦਾ ਨਾਰਾ ਲਾਉਂਦਿਆਂ ਹੋਇਆ ਆਖਿਆ, ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ, ਤੇ ਗੁਰੂ ਜੀ ਮਰਦਾਨੇ ਸਮੇਤ ਸੰਸਾਰ ਦੀ ਯਾਤਰਾ ਕਰਨ ਤੁਰ ਪਏ। ਭੋਲਿਆਂ ਨੂੰ ਰਾਹੇ ਪਾਉਂਦੇ ਹੋਏ ਤੇ ਕਿਰਤ ਕਰੋ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਭਾਈ ਲਾਲੋ ਦੇ ਘਰ ਸੈਦਪੁਰ ਉਸ ਨੂੰ ਮਿਲਣ ਵਾਸਤੇ ਗਏ। ਅੱਜ ਸਵੇਰੇ ਬਨੇਰੇ ਤੇ ਕਾਂ ਬੋਲਦਾ ਸੀ, ਲੱਗਦਾ ਅੱਜ ਕੋਈ ਪ੍ਰਾਹੁਣਾ ਆਏਗਾ। ਤੂੰ ਰੋਟੀ ਬਣਾ ਕੇ ਰੱਖ, ਆਉਣ ਵਾਲੇ ਨੂੰ ਕਿਤੇ ਭੁੱਖੇ ਨਾ ਲੱਗੀ ਹੋਵੇ। ਤੁਹਾਡੀ ਮਜ਼ਾਕ ਕਰਨ ਦੀ ਆਦਤ ਨਾ ਗਈ। ਲੈ ਹੁਣ ਮੈਂ ਆਪਣੀ ਘਰਵਾਲੀ ਨੂੰ ਮਜ਼ਾਕ ਵੀ ਨਹੀਂ ਕਰ ਸਕਦਾ। ਮੈਂ ਇਹ ਤੇ ਨਹੀਂ ਕਿਹਾ। ਹੋਰ ਕੀ ਕਹਿ ਤੂੰ, ਚੱਲ ਛੱਡ ਰੋਟੀ ਬਣਾ।
ਕੀ ਗੱਲ, ਅੱਜ ਬੜੇ ਖੁਸ਼ ਪਏ ਦਿਸਦੇ ਹਾਂ। ਪਤਾ ਨਹੀਂ ਕਿਉਂ ਅੱਜ ਮੇਰਾ ਮਨ ਉੱਡਣ ਨੂੰ ਕਰਦਾ ਹੈ, ਜਿਵੇਂ ਮੈਨੂੰ ਕੋਈ ਬਹੁਤ ਵੱਡੀ ਖੁਸ਼ੀ ਮਿਲਣ ਵਾਲੀ ਹੋਵੇ। ਸ਼ੁਕਰ ਹੈ ਅੱਜ ਤੁਹਾਡੇ ਚਿਹਰੇ 'ਤੇ ਖੁਸ਼ੀ ਵੇਖੀ ਹੈ ਮੈਂ, ਨਹੀਂ ਤਾਂ ਸਾਰਾ ਦਿਨ ਤੁਸੀਂ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ। ਭਾਗਵਾਨੇ, ਲੋਕ ਸਾਨੂੰ ਸ਼ੂਦਰ ਕਹਿੰਦੇ ਨੇ, ਸਾਡੀ ਜੂਨ ਵੀ ਕਦੇ ਸੁਧਰੇਗੀ। ਗੱਲਾਂ ਗੱਲਾਂ ਵਿੱਚ ਅੱਜ ਰੋਟੀਆਂ ਜ਼ਿਆਦਾ ਹੀ ਬਣ ਗਈਆਂ। ਕੋਈ ਗੱਲ ਨਹੀਂ, ਵਧੀ ਚੀਜ਼ ਚੰਗੀ ਹੁੰਦੀ ਹੈ। ਤੁਸੀਂ ਮੂੰਹ ਹੱਥ ਧੋ ਲਓ, ਰੋਟੀ ਖਾ ਲਓ। ਬਸ ਆਹ ਥੋੜ੍ਹਾ ਜਿਹਾ ਕੰਮ ਲਬੇੜ ਲਵਾਂ ਫਿਰ ਰੋਟੀ ਖਾਵਾਂ। ਭਾਈ ਲਾਲੋ ਜੀ, ਭਾਈ ਲਾਲੋ ਸਤ ਕਰਤਾਰ, ਕੀ ਗੱਲ ਹੈ? ਚਿਤਰਾ ਜੀ ਹੈ? ਦੱਸੋ ਭਾਈ, ਮੈਂ ਪਹਿਚਾਣਿਆ ਨਹੀਂ। ਭਾਈ ਲਾਲੋ, ਮੈਂ ਮਰਦਾਨਾ। ਮਰਦਾਨਾ? ਹਾਂ ਭਾਈ ਲਾਲੋ, ਮੇਰਾ ਬਾਬਾ ਆਪ ਜੀ ਨੂੰ ਮਿਲਣ ਆਇਆ। ਬਾਬਾ ਮੈਨੂੰ ਮਿਲਣ ਆਇਆ? ਕਿੱਥੇ ਨੇ, ਕੌਣ ਬਾਬਾ? ਮੇਰਾ ਬਾਬਾ ਨਾਨਕ ਆਪ ਚੱਲ ਕੇ ਤੁਹਾਨੂੰ ਮਿਲਣ ਆਇਆ। ਬਾਬਾ ਨਾਨਕ ਕਿੱਥੇ ਨੇ? ਆਪ ਜੀ ਦੇ ਵਿਹੜੇ ਚ ਵਿਰਾਜੇ ਨੇ। ਗੁਰੂ ਜੀ ਨੇ ਆਖਿਆ, ਉੱਠ ਭਾਈ ਲਾਲੋ, ਸਤ ਕਰਤਾਰ ਆਪ, ਆਪਾਂ ਚਿਰਾਂ ਦੇ ਵਿਛੜੇ ਮਿਲੇ ਹਾਂ, ਬੈਰਾਗ ਦੀ ਥਾਂ ਬਚਨ ਵਿਲਾਸ ਕਰੀਏ, ਨਾਲੇ ਅਸੀਂ ਭੁੱਖੇ ਹਾਂ, ਰੋਟੀ ਖਵਾ। ਧੰਨ ਭਾਗ ਮੇਰੇ, ਤੁਸੀਂ ਆ ਗਏ, ਤੁਹਾਡੇ ਦਰਸ਼ਨ ਕਰਨ ਨੂੰ ਦਿਲ ਤੜਫਦਾ ਰਿਹਾ, ਖੋ ਪੈਂਦੀ ਰਹੀ। ਤੁਸੀਂ ਤੰਨੇ ਭਗਤ ਵਾਂਗ ਮੇਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ। ਮੇਰੇ ਗੋਪਾਲ, ਆਓ ਆਓ ਬੈਠੋ, ਮੇਰੀ ਇਹ ਕੁਟੀਆ ਤਨ ਤਨ ਹੋ ਗਈ, ਆਓ ਚੌਤਰੇ ਵਿੱਚ ਬੈਠ ਕੇ ਭੋਜਨ ਛਕੋ। ਗੁਰੂ ਜੀ ਨੇ ਆਖਿਆ, ਭਾਈ ਲਾਲੋ, ਸਾਰੀ ਧਰਤੀ ਹੀ ਸੁੱਚੀ ਹੈ, ਇਹ ਵੀ ਚੌਂਤਰਾ ਹੀ ਹੈ, ਪ੍ਰਸ਼ਾਦਾ ਇੱਥੇ ਹੀ ਲੈ ਆਓ। ਬਾਬਾ, ਇਸ ਏਡੇ ਵੱਡੇ ਸ਼ਹਿਰ 'ਚ ਕਈ ਅਮੀਰ ਵੱਸਦੇ ਨੇ, ਕਈ ਸਾਧੂਆਂ ਦੇ ਡੇਰੇ ਹੋਣਗੇ, ਇਸ ਗਰੀਬ ਦੇ ਵਿਹੜੇ 'ਚ ਹੀ ਵੜਨਾ ਸੀ, ਇਹ ਸੁੱਕੀਆਂ ਰੋਟੀਆਂ ਖਾ ਕੇ ਕੀ ਤੁਰਾਂਗੇ? ਗੁਰੂ ਜੀ ਨੇ ਆਖਿਆ, ਮਰਦਾਨਿਆਂ, ਇਹ ਸਾਰਾ ਅੰਨ ਪਰਮਾਤਮਾ ਨੇ ਪੈਦਾ ਕੀਤਾ ਹੈ, ਇਹ ਧਰਮ ਕਰਮ ਤੇ ਸੱਚੀ ਕਿਰਤ ਦੀ ਰੋਟੀ ਹੈ, ਕੋਈ ਸ਼ਰਧਾ ਨਾਲ ਛਕਾਏ ਛਕ ਲੈਣਾ ਚਾਹੀਦਾ, ਕਿੰਤੂ ਨਹੀਂ ਕਰਨਾ ਚਾਹੀਦਾ। ਸੱਚ ਬਾਬਾ, 36 ਪ੍ਰਕਾਰ ਦੇ ਭੋਜਨ ਖਾਂਦਿਆਂ ਵੀ ਇੰਨਾ ਸਵਾਦ ਨਹੀਂ ਆਉਂਦਾ ਜਿੰਨਾ ਭਾਈ ਲਾਲੋ ਦੇ ਭੋਜਨ ਵਿੱਚੋਂ ਆਇਆ ਹੈ। ਵਾਹ ਬਾਬਾ, ਤੇਰੀਆ ਤੂੰ ਹੀ ਜਾਣੇ, ਮੈਨੂੰ ਕੋਈ ਭੇਦ ਨਹੀਂ। ਕਲ ਤਰਨ ਗੁਰੂ ਨਾਨਕ ਆਇਆ।
ਉਸ ਫਕੀਰ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਨੇ ਤੇ ਖੁਦਾ ਦੇ ਦੀਦਾਰ ਦਾ ਰਾਹ ਦਿਖਾਇਆ ਏ, ਮੇਰੇ ਉਸ ਅੱਲਾ ਦੇ ਦਰ ਦਾ ਰਾਹ ਦਿਖਾਇਆ ਏ। ਚੱਲ ਫਜ਼ਲੂ, ਚੱਲ ਫਜ਼ਲੂ। ਕਲ ਤਾਰਨ ਗੁਰੂ ਨਾਨਕ ਆਇਆ, ਦੁਖੀ ਰੂਹਾਂ ਦੀ ਪੁਕਾਰ ਗੁਰੂ ਜੀ ਨੂੰ ਸ਼ਾਂਤੀ ਨਾਲ ਇੱਕ ਥਾਂ ਨਹੀਂ ਸੀ ਬਹਿਣ ਦਿੰਦੀ। ਗੁਰੂ ਜੀ ਅਚਲ ਬਟਾਲੇ ਹੀ ਸਨ। ਗੁਰੂ ਜੀ ਨੇ ਮੁਲਤਾਨ ਦੇ ਲੋਕਾਂ ਦੀ ਪੁਕਾਰ ਸੁਣੀ। ਮੁਲਤਾਨ ਦੀ ਫੇਰੀ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਤੋਂ ਬਾਹਰ ਨਹੀਂ ਸੀ ਗਏ। ਘੱਟ ਘੱਟ ਦੇ ਜਾਣਨ ਹਾਰ ਗੁਰੂ ਜੀ ਨੇ ਜਾਣ ਲਿਆ ਕਿ ਹੁਣ ਉਹਨਾਂ ਨੇ ਉਸ ਪਰਮਾਤਮਾ ਕੋਲ ਚਲੇ ਜਾਣਾ ਹੈ ਜਿਸ ਦੇ ਹੁਕਮ ਨਾਲ ਗੁਰੂ ਜੀ ਕਲਯੁਗ ਦੇ ਜੀਵਾਂ ਨੂੰ ਤਾਰਨ ਆਏ ਸਨ। ਗੁਰੂ ਜੀ ਨੇ ਆਤਮਿਕ ਜੀਵਨ ਦਾ ਉਪਦੇਸ਼ ਰਹਿੰਦੀ ਦੁਨੀਆ ਤੱਕ ਪੁੱਜਦਾ ਕਰਨ ਵਾਸਤੇ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ। ਉਸ ਵੇਲੇ ਗੁਰੂ ਜੀ ਨੇ ਸਭ ਨੂੰ ਆਖ ਦਿੱਤਾ, ਅਸੀਂ ਜਾ ਰਹੇ ਹਾਂ, ਤੇ ਗੁਰੂ ਜੀ ਜੋਤੀ ਜੋਤ ਸਮਾ ਗਏ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹਿੰਦੂ ਮੁਸਲਮਾਨ ਇਕੱਠੇ ਹੋ ਗਏ ਤੇ ਰੌਲਾ ਪਾਉਣ ਲੱਗੇ। ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਵਿੱਚੋਂ ਨਾਨਕ ਫਕੀਰ ਫੌਤ ਪਾ ਗਏ ਨੇ ਤੇ ਅੱਲਾ ਤਾਲਾ ਦੀ ਦਰਗਾਹ ਵਿੱਚ ਚਲੇ ਗਏ ਨੇ, ਸਾਨੂੰ ਹੁਣ ਸਾਰਿਆਂ ਨੂੰ ਉਹਨਾਂ ਦੀ ਪਵਿੱਤਰ ਦੇਹ ਨੂੰ ਬੜੇ ਅਦਬ ਨਾਲ ਸਪੁਰਦੇ ਖਾਕ ਕਰਨਾ ਚਾਹੀਦਾ ਹੈ। ਦਰੁਸਤ ਫਰਮਾ ਰਹੇ ਹੋ ਮੁੱਲਾ ਜੀ। ਅੱਲਾ ਉਸ ਦੀ ਰੂਹ ਨੂੰ ਤੌਫੀਕ ਦੇ, ਉਸ ਨੇਕ ਔਰ ਸੱਚੀ ਸੁੱਚੀ ਰੂਹ ਨੂੰ ਜਿਸ ਨੇ ਪੂਰੇ ਆਵਾਮ ਨੂੰ ਇਹ ਦੱਸਿਆ ਹੈ ਕਿ ਅੱਲਾ ਦੀ ਜਾਤ ਇੱਕ ਹੈ, ਸਾਨੂੰ ਮਿਲ ਜੁਲ ਕੇ ਰਹਿਣਾ ਸਿਖਾਇਆ। ਸਾਨੂੰ ਜ਼ਰੂਰ ਉਹਨਾਂ ਵਾਸਤੇ ਕੁਝ ਕਰਨਾ ਚਾਹੀਦਾ ਹੈ ਮੁੱਲਾ ਜੀ। ਚਲੋ, ਸਾਨੂੰ ਦੇਰ ਨਹੀਂ ਕਰਨੀ ਚਾਹੀਦੀ, ਚਲੋ ਦੇਰ ਨਾ ਕਰੋ, ਚਲੋ ਚਲੋ ਮੁੱਲਾ ਜੀ, ਚਲੋ ਚਲੋ। ਸਤ ਕਰਤਾਰ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖੋ, ਦੀਨ ਦੁਨੀ ਦੇ ਮਾਲਕ, ਅੱਜ ਸਾਨੂੰ ਸਾਰਿਆਂ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਗੋਦ ਵਿੱਚ ਜਾ ਵਰਾਜੇ ਨੇ ਤੇ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਦਾ ਵਾਰਸ ਥਾਪ ਗਏ ਨੇ। ਅੱਜ ਤੋਂ ਬਾਅਦ ਆਪਾਂ ਸਾਰੇ ਨੇ ਭਾਈ ਲਹਿਣਾ ਜੀ ਨੂੰ, ਜਿਨ੍ਹਾਂ ਨੂੰ ਗੁਰੂ ਜੀ ਨੇ ਅੰਗ ਲਗਾ ਕੇ ਅੰਗਦ ਦੇਵ ਜੀ ਦੇ ਨਾਂ ਨਾਲ ਨਵਾਜਿਆ, ਸਾਡੇ ਦੂਜੇ ਨਾਨਕ ਗੁਰੂ ਅੰਗਦ ਦੇਵ ਜੀ ਹਨ, ਤੇ ਹੁਣ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੀ ਪਵਿੱਤਰ ਦੇਹ ਦਾ ਸੰਸਕਾਰ ਗੁਰੂ ਮਰਿਆਦਾ ਅਨੁਸਾਰ ਕਰਨਾ ਚਾਹੀਦਾ। ਅਸੀਂ ਨਾਨਕ ਫਕੀਰ ਦਾ ਸੰਸਕਾਰ ਨਹੀਂ ਕਰਨ ਦਿਆਂਗੇ, ਉਹ ਸਾਡੇ ਪੀਰ ਨੇ, ਅਸੀਂ ਉਹਨਾਂ ਨੂੰ ਸਪੁਰਦੇ ਖਾਕ ਕਰਾਂਗੇ। ਨਹੀਂ, ਇਹ ਨਹੀਂ ਹੋ ਸਕਦਾ, ਉਹ ਸਿੱਖਾਂ ਦੇ ਗੁਰੂ ਸਨ, ਅਸੀਂ ਉਹਨਾਂ ਦਾ ਸੰਸਕਾਰ ਕਰਾਂਗੇ। ਕਸਮ ਹੈ ਅੱਲਾ ਪਾਕ ਦੀ, ਅਸੀਂ ਸੰਸਕਾਰ ਹਰਗਿਜ਼ ਨਹੀਂ ਹੋਣ ਦਿਆਂਗੇ। ਦੇਖਦੇ ਆ ਕੌਣ ਰੋਕਦਾ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕਰਨ ਤੋਂ। ਅਸੀਂ ਵੀ ਦੇਖਦੇ ਆ ਕਿਹੜਾ ਰੋਕਦਾ ਸਾਨੂੰ ਉਹਨਾਂ ਨੂੰ ਸਪੁਰਦੇ ਖਾਕ ਕਰਨ ਤੋਂ। ਓਏ ਭਲਿਓ ਲੋਕੋ, ਓਏ ਤੁਸੀਂ ਆਪਸ ਵਿੱਚ ਕਿਉਂ ਲੜਦੇ ਹੋ? ਸਾਡਾ ਗੁਰੂ ਤੇ ਤੁਹਾਡਾ ਨਾਨਕ ਪੀਰ ਹਮੇਸ਼ਾ ਇਹ ਆਖਦੇ ਸਨ ਕਿ ਨਾ ਕੋਈ ਇੱਥੇ ਹਿੰਦੂ ਹੈ ਤੇ ਨਾ ਮੁਸਲਮਾਨ। ਜਦ ਉਹਨਾਂ ਨੇ ਇੱਕ ਦੂਜੇ ਵਿੱਚ ਭੇਦ ਨਹੀਂ ਰੱਖਿਆ, ਫਿਰ ਤੁਸੀਂ ਆਪਸ ਵਿੱਚ ਕਿਉਂ ਲੜਦੇ ਹੋ? ਇਹ ਝਗੜੇ ਤੋਂ ਚੰਗਾ ਹੈ ਕਿ ਆਪਾਂ ਉਹਨਾਂ ਕੋਲੋਂ ਹੀ ਪੁੱਛ ਲੈਂਦੇ ਹਾਂ, ਉਹ ਹਿੰਦੂਆਂ ਦਾ ਗੁਰੂ ਹੈ ਜਾਂ ਮੁਸਲਮਾਨਾਂ ਦਾ ਪੀਰ। ਸਾਨੂੰ ਮਨਜ਼ੂਰ ਹੈ, ਸਾਨੂੰ ਵੀ ਮਨਜ਼ੂਰ ਹੈ।
ਕਲ ਤਾਰੇ ਨੇ।